ਬੜੀ ਗਰਮੈਸ਼ ਨਿਕਲੀ ਜਾਂਦੀ ਧਰਤੀ ਚੋਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਤੇ ਸਾਰਿਆਂ ਦਾ ਵੈਲਕਮ ਆਪਣੇ ਚੈਨਲ 'ਤੇ। ਲਓ ਮਿੱਤਰੋ, ਕਾਫੀ ਦਿਨਾਂ ਬਾਅਦ ਫਿਰ ਵਲੌਗ ਦੀ ਸਟਾਰਟਿੰਗ ਕੀਤੀ ਹੈ। ਕੱਢ ਲਾ ਅਤੇ ਵੇਖੋ ਫਿਰ ਇੱਧਰ ਹਲ ਜੋੜ ਲਏ। ਹੁਣ ਮੈਨੂੰ ਵੀ ਚੇਤਾ ਨਹੀਂ ਗਾ ਕਿਉਂਕਿ ਹਜੇ ਵਲੌਗ ਐਡਿਟ ਕਰਨ ਵਾਲੇ ਪਏ ਆ ਵੀ ਲਾਸਟ ਵਲੌਗ ਕਿਹੜਾ ਸੀ ਆਪਣਾ, ਮੈਨੂੰ ਹਜੇ ਤੱਕ ਚੇਤਾ ਨਹੀਂ। ਬਾਕੀ ਅੱਜ ਦੇਖੋ ਫਿਰ ਆ ਰਹਿੰਦਾ ਸੀ ਵੂਹਣ ਵਾਲਾ, ਮਤਲਬ ਮੈਨੂੰ ਲੱਗਦਾ ਹੈਗੇ ਆ 7 ਕਿੱਲੇ ਹੈਗੇ ਆ ਵੂਹਣ ਵਾਲੇ। ਆਹ ਦੇਖੋ ਪੂਰੇ ਪੰਗੇ ਲੈ ਰਿਹਾ। ਅਤੇ ਸੁਖਮੀਤ ਦਾ ਚੈਨਲ ਬਈ ਮੋਨੋਟਾਈਜ਼ ਹੋ ਚੱਲਿਆ, ਉਹ ਰਿਜੈਕਟਿਡ ਜੱਟ ਲਿਖਿਆ, ਹੁਣ ਤਾਂ ਨੇਮ ਚੇਂਜ ਕਰਤਾ ਬਰਾੜ ਫਾਰਮ ਐਡਿਟਸ। ਮਤਲਬ ਜਿਹੜੀ 2-step ਵੈਰੀਫਿਕੇਸ਼ਨ ਹੁੰਦੀ ਹੈ, ਮਤਲਬ ਉਦੋਂ ਬਾਅਦ ਜਿੰਨੇ ਵੀ ਸਟੈਪ ਹੁੰਦੇ ਉਹ ਹੋ ਚੱਲੇ ਆ। ਮਤਲਬ 3000 ਵਾਲਾ ਜਿਹੜਾ ਵਾਸ਼ ਟਾਈਮ ਆਵਰ ਹੁੰਦਾ ਉਹ ਕੰਪਲੀਟ ਹੋ ਗਿਆ, ਅਤੇ ਜਿਹੜਾ 4000 ਹੁੰਦਾ ਉਹ ਸ਼ੋਅ ਨਹੀਂ ਕਰੀ ਜਾਂਦਾ ਹੁਣ। ਅਤੇ ਜਿੱਥੋਂ ਤੱਕ ਮੈਨੂੰ ਲੱਗਦਾ ਮੈਨੂੰ ਕਿਹਾ ਵੀ ਚੈਨਲ ਤੇਰਾ ਮੋਨੋਟਾਈਜ਼ ਹੋ ਚੁੱਕਿਆ, ਅਤੇ ਇਹ ਵੀ ਕਹਿੰਦਾ ਸੀਗਾ ਮੈਨੂੰ ਵੀ ਲੱਗਦਾ। ਬਾਕੀ ਉਹ ਕਹਿੰਦੇ ਆ ਵੀ 2-3 weeks ਦਾ ਟਾਈਮ ਲੱਗੂਗਾ, ਉਦੋਂ ਬਾਅਦ ਪਤਾ ਲੱਗੂਗਾ ਕੀ ਬਣਦਾ, ਕਿਉਂਕਿ ਪ੍ਰੋਸੈਸ ਬਹੁਤ ਲੰਬਾ ਹੁੰਦਾ ਇਹ 'ਚ, ਹੈ ਨਾ। ਬਾਕੀ ਜੁੜੇ ਰਹੋ ਮਿੱਤਰੋ ਆਪਣੇ ਨਾਲ, ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਤੇ ਬੈਲ ਨੋਟੀਫਿਕੇਸ਼ਨ ਨੂੰ ਕਰ ਲਓ ਔਨ, ਸਾਡੇ ਨੋਟੀਫਿਕੇਸ਼ਨ ਫਿਰ ਤੁਹਾਡੇ ਕੋਲ ਆਉਂਦੇ ਰਹਿੰਦੇ ਆ ਜਦੋਂ ਵੀ ਕੋਈ ਵੀਡੀਓ ਅਪਲੋਡ ਕਰਦੇ ਹਾਂ। ਨਾਲ ਨਾਲ ਗੇੜੇ ਲਾਉਂਦਾ ਹੁਣ। ਵੈਸੇ ਵਾਹੁਣਾ ਤਾਂ ਤਵੀਆਂ ਨਾਲ ਚਾਹੀਦਾ ਸੀ, ਇਹਨੇ ਹਾਲੀ ਜੋੜ ਲਏ। ਚਲੋ ਤਵੀਆਂ ਨਾਲ ਬਰੀਕ ਹੋ ਜਾਂਦਾ, ਹੈ ਨਾ। ਮੈਨੂੰ ਲੱਗਦਾ ਅੱਜ ਵੱਟਾਂ 'ਤੇ ਟਾਈਮ ਲੱਗੂ, ਹਨੇਰਾ ਉਵੇਂ ਹੋ ਜਾਣਾ। ਥੋੜ੍ਹਾ ਜਿਹਾ ਟਾਈਮ ਨਾਲ ਆਉਣਾ ਸੀਗਾ, ਅਤੇ ਇਹ ਵੀ ਸ਼ਹਿਰ ਗਿਆ ਹੋਇਆ ਸੀ, ਇਹਨੂੰ ਵੀ ਕੰਮ ਸੀਗਾ। ਮੈਨੂੰ ਕਹੀ ਗਿਆ ਚੱਲੀਏ ਛੇਤੀ, ਹੈ ਨਾ। ਬਸ ਉਹ ਵੀ ਫਿਰ ਕੰਮ ਕਾਰ ਕਰਕੇ ਥੋੜ੍ਹਾ ਜਿਹਾ ਲੇਟ ਹੋ ਗਏ। ਉਹ ਦੇਖੋ ਦਿਨ ਜਮ੍ਹਾਂ ਛਿਪ ਗਿਆ।
ਬਈ ਸੇਕ ਬਹੁਤ ਨਿਕਲੀ ਜਾਂਦਾ ਯਾਰ, ਬਹੁਤ ਗਰਮ ਹੋਈ ਬਈ ਮਿੱਟੀ ਦੇਖੋ। ਆ ਹੁਣ ਵਾਹ ਕੇ ਗਿਆ ਨਾ, ਇਹ ਵਾਹਿਆ ਨਹੀਂ ਆ ਜ਼ਮੀਨ ਜਦੋਂ ਦਾ ਮਤਲਬ ਕਣਕ ਵੱਢੀ ਹੈ ਨਾ, ਪਾਣੀ ਲਾ ਕੇ ਅਤੇ ਕਚਰਾ ਕੁਚਰਾ ਗਲ ਗਿਆ ਸੀਗਾ, ਮਾੜਾ ਮੋਟਾ ਸਾੜਤਾ ਸੀ। ਹੁਣ ਦੇਖੋ ਬੜੀ ਗਰਮੈਸ਼ ਨਿਕਲੀ ਜਾਂਦੀ ਧਰਤੀ 'ਚੋਂ। ਐਵੇਂ ਕਹਿੰਦੇ ਹੁੰਦੇ ਵਾਹ ਕੇ ਛੱਡ ਦਿਓ ਹੈ ਨਾ, ਜਿੰਨੀ ਵੀ ਮਤਲਬ ਵਾਹਣ ਦੀ ਗਰਮੈਸ਼ ਹੁੰਦੀ ਨਿਕਲ ਜਾਂਦੀ ਹੈ। ਚੱਲ ਰੀਲੀ ਕੱਟ ਲਈਏ ਬਈ, ਇਦੋਂ ਬਾਅਦ ਕੁਆਲਿਟੀ ਵੀ ਨਹੀਂ ਆਉਣੀ ਹੈ ਨਾ। ਵਲੋਗ ਤਾਂ ਚਲੋ ਆਪਾਂ ਕਰ ਲਾਂਗੇ ਸ਼ੂਟ। ਚੈਨਲ ਦਾ ਦੇਖ ਲਓ ਬਰਾਡ ਫਾਰਮ ਐਡਿਟਸ, ਇੱਥੇ ਲੈਫਟ ਸਾਈਡ ਤੁਹਾਨੂੰ ਆਈ ਡੀ ਦਿਸਦੀ ਹੋਊਗੀ, ਮੈਨਸ਼ਨ ਕਰਤੀ ਮੈਂ, ਅਤੇ ਜਾ ਕੇ ਨਾਲੇ ਤਾਂ ਫੋਲੋ ਕਰ ਲਓ, ਨਾਲੇ ਜਾ ਕੇ ਦੇਖ ਲਿਓ। ਅਤੇ ਉਹੀ ਸੇਮ ਮਤਲਬ ਯੂਟਿਊਬ 'ਤੇ ਇਹਦੀ ਆਈ ਡੀ, ਅਤੇ ਜਾ ਕੇ ਉੱਥੇ ਵਲੋਗ ਦੇਖ ਲਿਓ, ਫੁੱਲ ਵਲੋਗ ਆਊਗਾ ਲਿਫਟ ਦੀ ਸੈਟਿੰਗ ਦਾ। ਕੀ ਹਨੇਰਾ ਹੋ ਚੱਲਿਆ, ਇਹ ਵਲੋਗ 'ਚ ਵਾਹ ਕੇ ਤਾਂ ਦਿਖਾਵਾਂਗੇ, ਹਜੇ ਲਾਵਾਂਗੇ ਗੇੜੇ, ਇਹ ਵਲੋਗ ਨੂੰ ਤਾਂ ਕੰਪਲੀਟ ਕਰਾਂਗੇ ਆਪਾਂ।
ਲਓ ਵੀ ਤੁਸੀਂ ਦੇਖ ਲਿਆ ਹੈ ਨਾ ਕੀ ਕਰਾਮਾਤ ਕੀਤੀ ਮੁੰਡੇ ਨੇ, ਜਾ ਕੇ ਦੇਖ ਲਿਓ ਇਹਦੇ ਚੈਨਲ 'ਤੇ, ਅਤੇ ਲਿੰਕ ਤੁਹਾਨੂੰ ਮੈਂ ਦੱਸ ਹੀ ਦਿੱਤਾ, ਮਤਲਬ ਆਈ ਡੀ ਮੈਨਸ਼ਨ ਕਰਤੀ ਥੱਲੇ, ਅਤੇ ਜਾ ਕੇ ਯੂਟਿਊਬ 'ਤੇ ਦੇਖ ਲਿਓ, ਇਹਦੇ ਚੈਨਲ 'ਤੇ ਆਊਗੀ ਸਾਰੀ ਲਿਫਟ ਦੀ ਸੈਟਿੰਗ। ਚੱਲ ਹੁਣ ਮੋਹਣਾ ਵੀ ਭਰਾਵਾ, ਅੱਧੀ ਟੈਂਕੀ ਦਾ ਤੇਲ ਦਿਉਂ ਵੀ ਬਾਲਤੀ ਤੂੰ, ਚੱਲ
ਚਲੋ ਠੀਕ ਹੈ ਮਿੱਤਰੋ, ਮਿਲਦੇ ਹਾਂ ਕਿਸੇ ਹੋਰ ਘੈਂਟ ਜਿਹੇ ਵਲੌਗ 'ਚ, ਅਤੇ ਜੁੜੇ ਰਹੋ ਨਾਲ, ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅਤੇ ਬੈੱਲ ਨੋਟੀਫਿਕੇਸ਼ਨ ਨੂੰ ਕਰ ਲਿਓ ਔਨ, ਅਤੇ ਦੇਖਦੇ ਹਾਂ ਅਗਲਾ ਵਲੌਗ ਕਿਹੜਾ ਆਊਗਾ ਹੈ ਨਾ। ਬਾਕੀ ਇੱਕ ਵਲੌਗ ਇਸ ਤੋਂ ਬਾਅਦ ਹੋਰ ਆਊਗਾ, ਮਤਲਬ ਹੁਣ ਤਾਂ ਹਨੇਰਾ ਹੋ ਗਿਆ ਹੈ ਨਾ, ਕੁਆਲਿਟੀ ਆਉਣੀ ਨਹੀਂ ਅਤੇ ਇੰਨੀ ਵਧੀਆ ਵੀਡੀਓ ਵੀ ਨਹੀਂ ਬਣਨੀ, ਅਤੇ ਹੁਣ ਲੰਬਾ ਜਿਵੇਂ ਵਾਹਵਾਂਗੇ ਵੱਟਾਂ ਵੁੱਟਾਂ ਵਾਹੀ ਜਾਂਦਾ, ਤਾਂ ਕਰਕੇ ਫਿਰ ਦੇਖਾਂਗੇ ਸਵੇਰੇ ਬਣਾਵਾਂਗੇ ਵਲੌਗ, ਅਤੇ ਮਿਲਦੇ ਹਾਂ ਫਿਰ। ਓਕੇ ਜੀ।